ਹਰ 100 ਸਾਲ 'ਚ ਦੁਨੀਆ ਕਿਸੇ ਨਾ ਕਿਸੇ ਭਿਆਨਕ ਮਹਾਂਮਾਰੀ ਦੀ ਸ਼ਿਕਾਰ ਹੋ ਰਹੀ ਹੈ। ਸਾਲ 1720 'ਚ ਪਲੇਗ ਦੀ ਬਿਮਾਰੀ ਪਈ, ਉਸ ਤੋਂ ਬਾਅਦ 1820 'ਚ ਹੈਜਾ, 1920 'ਚ ਸਪੈਨਿਸ਼ ਫਲੂ ਵਰਗੀਆਂ ਮਹਾਂਮਾਰੀਆਂ ਨੇ ਵਿਸ਼ਵ ਨੂੰ ਤਬਾਹ ਕੀਤਾ, ਅਤੇ ਹੁਣ ਸਾਲ 2020 'ਚ ਵੀ ਦੁਨੀਆ ਭਿਆਨਕ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਜੂਝ ਰਹੀ ਹੈ। ਉਕਤ ਮਹਾਂਮਾਰੀਆਂ 'ਚੋਂ ਸਪੈਨਿਸ਼ ਫਲੂ ਨਾਮਕ ਬਿਮਾਰੀ ਨਾਲ ਵਿਸ਼ਵ ਭਰ 'ਚ ਕਰੀਬ 10 ਕਰੋੜ ਲੋਕਾਂ ਦੀ ਜਾਨ ਗਈ ਸੀ, ਅਤੇ ਮਾਹਿਰ ਇਸ ਨੂੰ ਇਤਿਹਾਸ ਦੀ ਸਭ ਤੋਂ ਮਾਰੂ ਮਹਾਂਮਾਰੀ ਮੰਨਦੇ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਉਕਤ ਸਾਰੀਆਂ ਮਹਾਂਮਾਰੀਆਂ ਵਾਂਗ ਇਸ ਵੇਲੇ ਚੀਨ 'ਚੋਂ ਉਪਜੇ ਕੋਰੋਨਾ ਵਾਇਰਸ ਨੇ ਵੀ ਪੂਰੇ 100 ਸਾਲ ਦੇ ਅੰਤਰਾਲ ਬਾਅਦ ਦਸਤਕ ਦਿੱਤੀ ਹੈ, ਅਤੇ ਇਸ ਮਹਾਂਮਾਰੀ ਨੇ ਪੂਰੀ ਦੁਨੀਆ ਨੂੰ ਆਪਣੇ ਕਲਾਵੇ 'ਚ ਲੈ ਲਿਆ। ਹਰ 100 ਸਾਲ 'ਚ ਫੈਲਦੀ ਮਹਾਂਮਾਰੀ ਨੇ ਸਾਨੂੰ ਸੋਚਣ ਵਾਸਤੇ ਮਜਬੂਰ ਕਰ ਦਿੱਤਾ। ਜੇਕਰ ਭਿਆਨਕ ਮਹਾਂਮਾਰੀਆਂ ਦੀ ਗੱਲ ਕਰੀਏ ਤਾਂ ਸਾਲ 1720 'ਚ ਬੋਬਨਿਕ ਪਲੇਗ ਨਾਲ 1 ਲੱਖ ਦੇ ਕਰੀਬ ਲੋਕਾਂ ਦੀ ਜਾਨ ਗਈ। 1820 ਸਨ ਦੇ ਵਿੱਚ ਏਸ਼ੀਆ ਦੇ ਕਿਸੇ ਹਿੱਸੇ 'ਚ ਪਹਿਲੀ ਵਾਰੀ ਫੈਲੀ ਹੈਜੇ ਦੀ ਮਹਾਂਮਾਰੀ ਨੇ ਇੰਡੋਨੇਸ਼ੀਆ, ਥਾਈਲੈਂਡ ਅਤੇ ਫਿਲੀਪਾਈਨ 'ਚ ਵੀ 1 ਲੱਖ ਲੋਕਾਂ ਦੀ ਜਾਨ ਲੈ ਲਈ। ਇਸੇ ਤਰ੍ਹਾਂ ਸਾਲ 1920 'ਚ ਇੱਕ ਹੋਰ ਭਿਆਨਕ ਮਹਾਂਮਾਰੀ ਸਪੈਨਿਸ਼ ਫਲੂ ਨਾਲ 10 ਕਰੋੜ ਲੋਕਾਂ ਦੀ ਜਾਨ ਗਈ ਸੀ, ਜਦੋਂ ਕਿ 50 ਕਰੋੜ ਲੋਕ ਇਸ ਬਿਮਾਰੀ ਨਾਲ ਪੀੜਿਤ ਸਨ। ਅਤੇ ਹੁਣ ਸਾਲ 2020 'ਚ ਸਪੈਨਿਸ਼ ਫਲੂ ਦੀ 100 ਸਾਲਾ ਸ਼ਤਾਬਦੀ ਦੌਰਾਨ ਵਿਸ਼ਵ ਇੱਕ ਨਵੀਂ ਬਿਮਾਰੀ ਮਹਾਂਮਾਰੀ ਕੋਰੋਨਾ ਵਾਇਰਸ ਨਾਲ ਲੜ ਰਿਹਾ, ਜਿਸ ਨਾਲ ਦੁਨੀਆ ਭਰ 'ਚ ਹੁਣ ਤੱਕ 6000 ਤੋਂ ਵੱਧ ਜਾਨਾਂ ਚਲੀਆਂ ਗਈਆਂ ਨੇ ਅਤੇ 1,30,000 ਤੋਂ ਵੱਧ ਲੋਕ ਇਸ ਤੋਂ ਪ੍ਰਭਾਵਿਤ ਨੇ। ਅਤੇ ਇਸ ਦੇ ਨਾਲ ਹੀ ਹੁਣ ਜਿਹੜੀ ਪੰਜਾਬ ਸਰਕਾਰ ਹੈ ਉਹ ਵੀ ਐਕਸ਼ਨ ਵਿੱਚ ਹੈ। ਸਰਕਾਰ ਨੇ ਵਿਆਹਾਂ 'ਚ 50 ਤੋਂ ਵੱਧ ਵਿਅਕਤੀ ਇਕੱਠੇ ਨਾ ਕਰਨ ਲਈ ਇੱਕ ਜਿਹੜਾ ਮੁੱਦਾ ਰੱਖਿਆ। ਧਾਰਮਿਕ ਆਗੂਆਂ, ਡੇਰਾ ਮੁਖੀਆਂ ਨੂੰ ਵੀ ਆਪਣੇ ਸਮਾਗਮਾਂ ਨੂੰ ਸੀਮਿਤ ਕਰਨ ਜਾਂ ਅੱਗੇ ਪਾਉਣ ਲਈ ਅਪੀਲ ਕੀਤੀ ਹੈ। ਅਤੇ ਮੀਟਿੰਗ ਦੇ ਦੌਰਾਨ ਮੁੱਖ ਮੰਤਰੀ ਨੇ ਸਾਰੇ ਜ਼ਿਲ੍ਹਾ ਹਸਪਤਾਲਾਂ ਵੈਂਟੀਲੇਟਰਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਆਖਿਆ। ਅਤੇ ਇਸ ਦੇ ਨਾਲ ਨਾਲ ਜਿਹੜੀਆਂ ਇਕੱਠਾਂ ਵਾਲੀਆਂ ਥਾਵਾਂ ਨੇ ਜਿਵੇਂ ਕਿ ਸਿਨੇਮਾ ਘਰ, ਜਿੰਮ, ਸਵੀਮਿੰਗ ਪੂਲ ਆਦਿ ਉਹ ਬੰਦ ਰਹਿਣਗੇ, ਅਤੇ ਖੇਡਾਂ, ਕਾਨਫਰੰਸਾਂ, ਸੱਭਿਆਚਾਰਕ ਸਮਾਗਮਾਂ, ਪ੍ਰਦਰਸ਼ਨੀਆਂ, ਮੇਲੇ, ਵਿਆਹ ਸਮਾਗਮਾਂ ਅਤੇ ਸਾਰੇ ਵੱਡੇ ਜਨਤਕ ਇਕੱਠਾਂ 'ਤੇ ਪਾਬੰਦੀ ਦੇ ਆਦੇਸ਼ ਲਾਗੂ ਹੋਣਗੇ। ਬੁਲਾਰੇ ਨੇ ਅੱਗੇ ਵੀ ਦੱਸਿਆ ਕਿ ਮੰਤਰੀ ਮੰਡਲ ਵੱਲੋਂ ਸ਼ੋਪਿੰਗ ਮਾਲ, ਮੈਰਿਜ ਪੈਲਸਾਂ ਨੂੰ ਬੰਦ ਕਰਨ ਦਾ ਅਧਿਕਾਰ ਵੀ ਮੰਤਰੀ ਸਮੂਹ ਨੂੰ ਦੇ ਦਿੱਤਾ ਹੈ। ਮੀਟਿੰਗ ਦੌਰਾਨ ਦੱਸਿਆ ਇਹ ਵੀ ਗਿਆ ਕਿ ਜ਼ਿਲ੍ਹਿਆਂ ਦੇ ਸਮੂਹ ਵਿਭਾਗਾਂ ਦੇ ਸਟਾਫ ਨੂੰ ਕੋਵਿਡ-19 ਸੰਬੰਧੀ ਦਿੱਤੀ ਜਾ ਰਹੀ ਸਿਖਲਾਈ 18 ਮਾਰਚ ਤੱਕ ਪੂਰੀ ਹੋ ਜਾਵੇਗੀ। ਸਰਕਾਰੀ ਟੀਮਾਂ 26 ਮਾਰਚ ਤੱਕ ਲੋਕਾਂ ਨੂੰ ਜਾਗਰੂਕ ਕਰਨ ਲਈ ਘਰ ਘਰ ਜਾਣਗੀਆਂ। ਅਤੇ ਇਸ ਤੋਂ ਇਲਾਵਾ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਸੂਬੇ ਦੇ 22 ਹਸਪਤਾਲਾਂ ਅਤੇ 3 ਮੈਡੀਕਲ ਕਾਲਜਾਂ 'ਚ ਕੋਵਿਡ ਦੇ ਮਰੀਜ਼ਾਂ ਲਈ 1077 ਬੈੱਡ ਤਿਆਰ ਕੀਤੇ ਗਏ ਨੇ ਅਤੇ 2 ਜ਼ਿਲ੍ਹਾ ਹਸਪਤਾਲਾਂ ਵਿੱਚ 24 ਵੈਂਟੀਲੇਟਰ ਉਪਲਬਧ ਕਰਵਾਏ ਗਏ ਨੇ, ਜਦੋਂ ਕਿ ਪ੍ਰਾਈਵੇਟ ਹਸਪਤਾਲਾਂ ਵਿੱਚ 376 ਬੈੱਡ ਅਤੇ 290 ਵੈਂਟੀਲੇਟਰ ਉਪਲਬਧ ਹਨ। ਅਤੇ ਇਸ ਦੇ ਨਾਲ ਹੀ ਇੱਕ ਜਿਹੜੀ ਖਬਰ ਹੋਰ ਪ੍ਰਮੁੱਖਤਾ ਨਾਲ ਆ ਰਹੀ ਹੈ ਉਹ ਹੈ ਵੀ ਪੰਜਾਬ ਦੇ ਜਿਹੜੇ ਮੁਰਗੀ ਪਾਲਕ ਨੇ ਉਹਨਾਂ ਬਾਰੇ, ਕਿਉਂਕਿ ਪਿਛਲੇ ਦਿਨਾਂ ਤੋਂ ਇਸ ਮਹਾਂਮਾਰੀ ਦੀ ਚਪੇਟ ਵਿੱਚ ਜਿੱਥੇ ਬਹੁਤੀ ਦੁਨੀਆ ਆਈ ਹੈ ਉੱਥੇ ਇਸ ਦੀ ਚਪੇਟ ਵਿੱਚ ਸ਼ਾਇਦ ਹੁਣ ਮੁਰਗੀ ਖਾਨੇ ਦੇ ਮਾਲਕ ਵੀ ਆ ਗਏ ਨੇ। ਉਹਨਾਂ ਨੂੰ ਆਪਣਾ ਆਰਥਿਕ ਨੁਕਸਾਨ ਬਹੁਤ ਵੱਡੇ ਪੱਧਰ 'ਤੇ ਝੱਲਣਾ ਪੈ ਰਿਹਾ, ਜਿੱਥੇ ਮੁਰਗੀ ਖਾਨੇ ਮਾਲ ਦੀ ਸਪਲਾਈ ਘਟਣ ਕਾਰਨ ਖਸਾ ਖਸ ਭਰਦੇ ਜਾ ਰਹੇ ਨੇ, ਉੱਥੇ ਉਹਨਾਂ ਦੀ ਕੀਮਤ ਡਿੱਗ ਕੇ ਜਿਹੜਾ 60-70 ਰੁਪਏ ਕਿਲੋ ਵਿਕਣ ਵਾਲਾ ਸੀ ਉਹ ਹੁਣ 25-30 ਰੁਪਏ ਵਿਕ ਰਿਹਾ। ਅਤੇ ਇਸ ਦੇ ਨਾਲ ਨਾਲ ਇੱਕ ਅਮਰੀਕਾ ਅਤੇ ਇੱਕ ਜਰਮਨੀ ਤੋਂ ਜਿਹੜੀਆਂ ਮੀਡੀਆ ਮੁਤਾਬਕ ਖਬਰਾਂ ਆ ਰਹੀਆਂ ਨੇ ਕਿ ਇਸ ਦੀ ਜਿਹੜੀ ਇੱਕ ਵੈਕਸੀਨ ਹੈ ਉਹ ਅਮਰੀਕਾ ਨੇ ਇਜਾਦ ਕਰ ਲਈ ਅਤੇ ਜਿਸ ਦੇ ਟ੍ਰਾਇਲ ਕੀਤੇ ਜਾ ਰਹੇ ਨੇ, ਅਤੇ ਉਸ ਟ੍ਰਾਇਲ ਤੋਂ ਬਾਅਦ ਹੀ ਇਸ ਦਵਾਈ ਨੂੰ ਬਾਜ਼ਾਰ ਵਿੱਚ ਉਤਾਰਿਆ ਜਾਵੇਗਾ। ਪਰ ਦੂਜੇ ਪਾਸੇ ਕੁਛ ਅਖਬਾਰਾਂ ਦੇ ਵਿੱਚ ਇਹ ਵੀ ਆ ਰਿਹਾ, ਜਿਵੇਂ ਤੁਸੀਂ ਸਕਰੀਨ 'ਤੇ ਵੇਖ ਰਹੇ ਹੋ, ਕਿ ਇਹ ਵੈਕਸੀਨ ਜਿਹੜੀ ਹੈ ਜਰਮਨੀ ਦੇਸ਼ ਤਿਆਰ ਕਰ ਰਿਹਾ, ਅਤੇ ਜਿੱਥੋਂ ਅਮਰੀਕਾ ਕਿਸੇ ਵੀ ਕੀਮਤ 'ਤੇ ਇਹ ਚਾਹੁੰਦਾ ਕਿ ਇਹ ਵੈਕਸੀਨ ਸਭ ਤੋਂ ਪਹਿਲਾਂ ਅਮਰੀਕਾ ਨੂੰ ਦਿੱਤੀ ਜਾਵੇ ਤਾਂ ਕਿ ਪਹਿਲਾਂ ਉਹ ਆਪਣੇ ਨਾਗਰਿਕਾਂ ਦੀ ਹਿਫਾਜ਼ਤ ਕਰ ਸਕੇ, ਅਤੇ ਉਸ ਤੋਂ ਬਾਅਦ 'ਚ ਵਿਸ਼ਵ ਦੇ ਵਿੱਚ ਇਸ ਨੂੰ ਵੈਕਸੀਨ ਨੂੰ ਦਵਾਈ ਜਿਹੜੀ ਹੈ ਮਰੀਜ਼ਾਂ ਵਾਸਤੇ, ਉਹਨਾਂ ਦੀ ਸਿਹਤ ਵਾਸਤੇ ਬਾਜ਼ਾਰ ਦੇ ਵਿੱਚ ਉਤਾਰੀ ਜਾਵੇ। ਸੋ ਇਹ ਸੀ ਅੱਜ ਦੀ ਗੱਲਬਾਤ। ਦਿਓ ਇਜਾਜ਼ਤ, ਬਹੁਤ ਬਹੁਤ ਧੰਨਵਾਦ।